ਤੇ ਦਿੱਤੇ ਢੱਲੇਵਾਲ ਕਿਸਾਨਾਂ ਦੀਆਂ ਭਾਖ ਦੀਆਂ ਮੰਗਾਂ ਲੈ ਕੇ 8 ਜੂਨ ਨੂੰ ਮੁੱਖ ਦਫਤਰ ਪੰਜਾਬ ਟੈਟ ਪਾਵਰ ਕਾਰਪੋਰੇਸ਼ਨ ਦੇ ਸਾਹਮਣੇ ਬਹਿ ਗਿਆ ਹਜ਼ਾਰਾਂ ਖੇਤਾਂ ਲੈ ਕੇ ਔਰ ਉਹਦੇ ਨਾਲ ਆਪਦੀ ਆਵਾਜ਼ ਨੂੰ ਹੋਰ ਤਗੜਾ ਕਰਨ ਵਾਸਤੇ ਮਰਦ ਵਰਤ ਤੇ ਬਹਿ ਗਿਆ ਨਾਲ ਉਹ ਬਹਿ ਗਿਆ ਨਾਲ 4-5 ਬੰਦੇ ਹੋਰ ਬਹਿ ਗਏ ਹੋਣਾ ਤਾਂ ਇਹ ਚਾਹੀਦਾ ਸੀ ਵੀ ਕੋਈ ਨਾ ਕੋਈ ਆਲਾ ਅਫਸਰ ਜਾਂ ਆਲਾ ਸਰਕਾਰ ਦਾ ਕੋਈ ਮੰਤਰੀ ਪਰ ਉਹਨਾਂ ਦੇ ਜਿਹੜੇ ਮਸਲੇ ਮੈਨੂੰ ਪ੍ਰੈਕਟੀਕਲ ਪਤਾ ਹੈ ਨਾ ਜ਼ਮੀਨੀ ਇਕਿਗਤ ਤਬਾਅਕ ਉਹ ਸਾਰੇ ਮੁੱਖ ਮੰਤਰੀ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਸੀ ਹੁਣ ਆਏ ਚਾਹੀਦਾ ਸੀ 5 ਦਿਨ ਲਗਾਤਾਰ ਭੁੱਖੇ ਬੰਦੇ ਬੈਠੇ ਹੋਣ ਧੁੱਪ ਦੀਆਂ ਕੜਪਦੀਆਂ ਤੱਤੀਆਂ ਛੜਕਾਂ ਤੇ ਬੈਠੇ ਹੋਣ ਮੁੱਖ ਮੰਤਰੀ ਦੇ ਫਰਜ਼ ਇਹ ਬਣਦਾ ਸੀ ਵੀ ਉਹ ਆਪ ਜਦੋਂ ਉਹਨਾਂ ਨੇ ਇੱਥੇ ਮੀਟing ਰੋਕ ਦਿੱਤੀ ਤੇ ਉਹ ਸਾਨੂੰ ਕਿਸਾਨਾਂ ਨੂੰ ਜੇ ਸਾਨੂੰ ਨਹੀਂ ਸੀ ਬੁਲਾਣਾ ਤਾਂ ਡਰੇਵਾਲ ਸਾਹਿਬ ਜਿਹੜੇ ਮਰਦ ਵਰ ਤੇ ਬੈਠੇ ਸੀ ਉਹਨਾਂ ਦਾ ਕੋਈ ਵਾਫਰ ਬੁਲਾਦਾ ਕਿ ਉਹ ਆਪ ਨਹੀਂ ਸੀ ਵੇਲਾ ਤੇ ਬਿਜਲੀ ਮੰਤਰੀ ਨੂੰ ਭਾਜਪਾ ਸਿੰਘ ਨੂੰ ਭੇਜਦਾ ਉਹ ਭੇਜਲ ਦੀ ਬਜਾਏ ਐਡਾ ਵੱਡਾ ਰਾਜਨੀਤਿਕ ਮੈਂ ਕਹਿੰਦਾ ਜ਼ਹਿਰ ਥਾਣ ਵਰਗਾ ਕਦਮ ਪੰਜਾਬ ਸਰਕਾਰ ਦੇ ਚੁੱਕ ਲਿਆ ਅਨਹੱਥੇ ਥਾਣ ਬੈਠੇ ਹੋਣ ਔਰ ਉਹਨਾਂ ਨੂੰ ਕੋਈ ਵਾਰਦਗੜਾ ਹੋਵੇ ਕੋਈ ਉਹਨਾਂ ਨੂੰ ਨੋਟਿਸ ਨਾ ਹੋਵੇ ਤੇ ਉਹ ਤੜਕੇ 4 ਵਜੇ ਉਹਨਾਂ ਸਦੀਆ ਧਾੜਾ ਆਣ ਕੇ ਉਹਨਾਂ ਨੂੰ ਕੋਈ ਸਿਰ ਤੋਂ ਨੰਗਾ ਬੈਠਾ ਹੈ ਕੋਈ ਕਛਰੇ ਬਲੈਂਡ ਦਾ ਬੈਠਾ ਹੈ ਤੇ ਉਹਨਾਂ ਨੂੰ ਧੱਕੇ ਨਾਲ ਗੱਡੀਆਂ ਚ ਲਾਦ ਕੇ ਲੈ ਜਾਣਾ ਤੇ ਇਹ ਮਨੁੱਖੀ ਹੱਕਾਂ ਦਾ ਬਹੁਤ ਵੱਡਾ ਘਾੜ ਹੈ ਸੋ ਇਹ ਜਿਹੜੀ ਘਟਨਾ ਹੈ ਇਹਦੀ ਸੰਯੁਕਤ ਕਿਸਾਨ ਮੋਰਚੇ ਦਾ ਮੈਂ ਮੈਂਬਰਾਂ ਅਸੀਂ ਇਹਦੀ ਜ਼ੋਰਦਾਰ ਨਿੰਦਿਆ ਕਰਦੇ ਆਂ ਔਰ ਮੈਂ ਬਜ਼ੁਰਗ ਆਗੂ ਹੋਣ ਦੇ ਨਾਤੇ ਪੰਜਾਬ ਦਾ ਮਾਹੌਲ ਸ਼ਾਂਤ ਰੱਖਣ ਵਾਸਤੇ ਮੁੱਖ ਮੰਤਰੀ ਤੋਂ ਤੁਹਾਡੇ ਲਈ ਅਪੀਲ ਕਰਦਾ ਜਿੱਡੀ ਛੇਤੀ ਹੋਵੇ ਉਹ ਬੱਦੇ ਜਿਹੜੇ ਫੜੇ ਨੇ ਉਹ ਕਿੱਥੇ ਨੇ ਸਾਨੂੰ ਨਹੀਂ ਪਤਾ ਉਹਨਾਂ ਨੂੰ ਰਿਆਕ ਕੀਤਾ ਜਾਏ ਔਰ ਜਗਈਸ ਡੱਲੇਬਾਦ ਦੀ ਅਗਵਾਈ ਵਿੱਚ ਇੱਕ ਵਫਦ ਨੂੰ ਬੁਲਾ ਲਓ ਆਪ ਉਹਨਾਂ ਦੀਆਂ ਤਖਲੀਫਾਂ ਸੁਣੋ ਔਰ ਉਹਨਾਂ ਤਖਲੀਫਾਂ ਜਿਹੜੀਆਂ ਹੱਲ ਹੋਣ ਵਾਲੀਆਂ ਨੇ ਉਹ ਹੱਲ ਕਰੋ ਜਿਹੜੀਆਂ ਨਹੀਂ ਹੱਲ ਹੋਣ ਵਾਲੀਆਂ ਉਹ ਚੰਗੀ ਤਰ੍ਹਾਂ ਕਿਸਾਨਾਂ ਨੂੰ ਮਿਸ਼ਵਾਸ਼ਿਲਾ ਬੋ ਤੇ ਇਹ ਜਿਹੜੀ ਘਟਨਾ ਵਾਪਰੀ ਬੜੀ ਨਿੰਦਣਯੋਗ ਹੈ ਔਰ ਮੈਂ ਸਮਝਦਾ ਪਈ ਪੰਜਾਬ ਉਹ ਛਾਂਤ ਰੱਖਣ ਵਾਸਤੇ ਮੁੱਖ ਮੰਤਰੀ ਨੂੰ ਅੱਗੇ ਆਉਣਾ ਪਏਗਾ ਔਰ ਇਸ ਘਟਨਾ ਦਾ ਸਾਹਸ ਕਰਨਾ ਪਊਗਾ ਔਰ ਇਸ ਘਟਨਾ ਦੇ ਨਾਲ ਜੁੜੇ ਮੰਕਾਂ ਉਹ ਮੰਡਲੀਆਂ ਪੈਣਗੀਆਂ ਔਰ ਵੇਖੋ ਉਹਨਾਂ ਨੂੰ ਚੁੱਕ ਕੇ ਲੈ ਗਏ ਪੰਜ ਚਾਰ ਤੋਂ ਬੰਦਾ ਹੋਵੇਗਾ ਕਿਉਂਕਿ ਛਾਮ ਨੂੰ ਹਮੇਸ਼ਾ ਤਰਦੇ ਮੇਰੀ ਜ਼ਿੰਦਗੀ ਚ ਲੱਗੇ ਨੇ 42 ਸਾਲ ਚ ਛਾਮ ਨੂੰ ਕੱਟਦੇ ਬਾਅਦ ਖੇਤਾਂ ਚ ਕੰਮ ਕਰਨ ਵਾਲੇ ਲੋਕ ਆਪਣੇ ਆਪਣੇ ਘਰਾਂ ਨੂੰ ਪਰਤ ਜਾਂਦੇ ਨੇ ਬਾਅਦ ਵਿੱਚ ਸਵੇਰੇ ਫਿਰ ਆ ਜਾਂਦੇ ਨੇ ਔਰ ਇਤਨਾ ਤੜਕੇ 4 ਵਜੇ ਉੱਠ ਕੇ ਆ ਕੇ ਹੱਲੇ ਬੁੱਲਦੇ ਇਹ ਬੜੀ ਦਿੰਦਰ ਚੋਂ ਕੱਲ ਔਰ ਇਹਦਾ ਇੱਕੋ ਇੱਕ ਹੱਲ ਹੈ ਹੁਣ ਐਨੇ ਜਿਹੜੇ ਛੜਕਾ ਰੋਕ ਲੀਆਂ ਲੋਕਾਂ ਨੇ ਉਹ ਸਾਰੇ ਢੱਲੇਵਾਲ ਸਾਹਿਬ ਦੀ ਅਗਵਾਈ 'ਚ ਨਹੀਂ ਕੰਮ ਕਰਦੇ ਆਮ ਕਿਸਾਨ ਨੂੰ ਮਹਿਸੂਸ ਹੋ ਗਿਆ ਵੀ ਸਾਡੇ ਵਾਸਤੇ ਮਰਦ ਮਰਤੇ ਬੈਠਾ ਬੰਦਾ ਉਹ ਜ਼ਿੰਦਗੀ ਨੂੰ ਦਾਤੇ ਲਾਈ ਬੈਠਾ ਤੇ ਉਹਨਾਂ ਨੂੰ ਇਸ ਤਰ੍ਹਾਂ ਜਲੀਲ ਕਰਕੇ ਗੱਡੀਆਂ 'ਚ ਲਾਦ ਕੇ ਲੈ ਜਾਣਾ ਔਰ ਇਹ ਮੈਂ ਪਰसों ਉਥੇ ਕੈਂਪ 'ਚ ਢੱਲੇਵਾਲ ਸਾਹਿਬ ਨੂੰ ਮਿਲਿਆ ਵੀ ਸੀ ਔਰ ਉਹ ਉਹ ਜਿਆ ਮੱਗਾ ਸਮਝੀਆਂ ਵੀ ਸੀ ਤੇ ਸਭ ਜੇ ਮੈਂ ਬਿਆਨ ਦਿੱਤਾ ਸੀ ਉਹ ਕੱਲ ਧਾਰੀਆਂ ਦੇ ਜੀਤ ਅਖਬਾਰ ਇੱਥੇ ਲੱਗ ਗਿਆ ਦੇਵੀਗੜ੍ਹ ਤੋਂ ਹੋਰ ਅਖਬਾਰ ਆ ਪੰਜਾਂ ਅਖਬਾਰਾਂ ਚ ਆਇਆ ਸਪੋਕਸਮੈਨ ਵੀ ਆਇਆ ਤੇ ਮੈਂ ਸਲਾਹ ਦਿੱਤੀ ਸੀ ਮੁੱਖ ਮੰਤਰੀ ਸਾਹਿਬ ਇਹ ਬਸਪੋਰਟ ਦਾ ਮਸਲਾ ਹੈ ਇਹਨਾਂ ਨੂੰ ਆਲ ਕੇ ਸੁਣੋ ਜਿਹੜੀਆਂ ਜਾਇਜ਼ ਮੱਗਾ ਨੇ ਉਹ ਮੰਨੋ ਜਿਹੜੀ ਤੁਹਾਡੀ ਬੇਵਸੀ ਗੱਲ ਹੈ ਉਹ ਇਹਨਾਂ ਲੀਡਰਾਂ ਨੂੰ ਵਿਸ਼ਵਾਸ ਚ ਲਵੋ ਔਰ ਵਿਸ਼ਵਾਸ ਚ ਲਾਈਨ ਤੇ ਬਜਾਏ ਐਸਾ ਗਲਤੀ ਕੀਤੀ ਮੈਂ ਕਹਿੰਦਾ ਰਾਜਨੀਤਿਕ ਗਲਤੀ ਇਹਨਾਂ ਨੇ ਇਹ ਸਭ ਕੁਝ ਸਿੱਖਿਆ ਆ ਪਿਛਲੇ ਦਿਨਾਂ 'ਚ ਆ ਪਿਛਲੇ ਇੱਥੇ ਹੀ ਹਫ਼ਤੇ ਪਿਛਲੇ ਐਮਐਸਸੀ ਦਾ ਸੂਰਜਮੁਖੀ ਦਾ ਉੱਥੇ ਦਾਣਾ ਰੋੜ ਰਿਆ ਸੀ ਮੰਡੀਆਂ ਵਿੱਚ ਤੇ ਜਦੋਂ ਕਿਸਾਨਾਂ ਨੇ ਉੱਥੋਂ ਦੇ ਹਰਿਆਣੇ ਦੇ ਲੀਡਰ ਕਰਤਾਰ ਸਿੰਘ ਕਾਨੂੰਨੀ ਨੂੰ ਬੇਨਤੀ ਕੀਤੀ ਵੀ ਸਾਡਾ ਕਿਥੋਂ ਰਸੀ ਤਾਂ ਸਰਕਾਰ ਦੇ ਕਹਿਣ ਤੇ ਐਮਐਸਸੀ ਸਾਨੂੰ ਮਿਲੇਗੀ 600 6300 ਰੁਪਿਆ ਐਮਐਸਆਈ ਉਹ ਸਾਡੀ ਲਟਾਈ ਹੋ ਰਹੀ 400 4000 ਤੋਂ ਕੋਈ ਖਰੀਦਦਾਰ ਨੂੰ ਤਿਆਰ ਨਹੀਂ ਤੇ ਉਹ ਛਾਤ ਬਏ तरीके ਨਾਲ ਆ ਆਪਣੇ ਪਿੱਛੇ ਆਪਣੇ 6 ਤਰੀਕ ਨੂੰ ਪਿਪਲੀ ਆਪਣੇ ਛਾਪਾ ਤੇ ਬਚਾ ਲੇ ਥੋੜਾ ਜਿਹਾ ਜਾਮ ਲਾਇਆ ਤੇ ਉਥੇ ਆਣ ਕੇ ਕਿਸੇ ਅਧਿਕਾਰੀ ਨੇ ਸਰਕਾਰੀ ਅਧਿਕਾਰੀ ਨੇ ਵਾਰਜ਼ੰਗ ਦਿੱਤੀ ਕੁਝ ਨਹੀਂ ਦਿੱਤੀ ਅਥਰੂ ਕਾਇ ਪੁਲਿਸ ਦੀ ਪਾਣੀ ਦੀ ਵਿਛਾੜਾ ਔਰ ਲਾਠੇ ਚਾਰਜ ਇਹਨਾਂ ਉਸ ਲੀਡਰ ਨੂੰ ਕੌਮੀ ਸਾਡੇ ਲੀਡਰ ਨੂੰ ਕੁੱਟ ਕੇ ਗ੍ਰਿਫਤਾਰ ਕਰਕੇ ਉਹਦੀਆਂ ਗੱਡੀਆਂ ਭਾਲ ਕੇ ਫਿਰ ਥਾਣੇ ਤੇ ਜਾ ਕੇ ਤਸ਼ਦਦ ਕਰਨਾ ਉਹ ਬਹੁਤ ਵੱਡੀ ਇੱਕ ਗੱਲ ਸੀ ਔਰ ਉਹਦਾ ਅਸੀਂ ਸੰਜੋਤ ਕਿਸਾਨ ਬੋਰਚੇ ਨੇ ਉਹ 6 ਨੂੰ ਘਟਨਾ ਵਾਪਰੀ ਔਰ 7 ਨੂੰ ਦਿੱਲੀ ਸਾਡੀ ਮੀਟਿੰਗ ਚੱਲ ਰਹੀ ਸੀ ਜਦੋਂ ਸਾਨੂੰ ਅਖਬਾਰਾਂ ਚ ਪਤਾ ਲੱਗਾ ਵੀ ਆ ਘਟਨਾ ਵਾਪਰੀ ਤੇ ਅਸੀਂ ਭਾਵੇਂ ਅੱਜ ਅੱਤ ਨਾਵਾਂ ਤੇ ਚੱਲ ਰਹੇ ਹਾਂ ਮੈਂ ਇਹ ਸਪੱਸ਼ਟ ਕਰਨਾ ਚਾਹਣਾ ਵਾਂ ਗਰਨਾਮ ਸਿੰਘ ਹਰਿਆਣੇ ਦਾ ਲੀਡਰ ਆਪ ਦੀ ਜਥੇਬੰਦੀ ਚਲਾ ਰਿਹਾ ਸੀ ਪਰ ਜਦੋਂ ਉਹਦੇ ਸੱਜਣਾਂ ਦੀ ਪਾਗਲੂ ਹੱਥ ਪਿਆ ਕਿਸਾਨ ਤੇ ਸਵਾਏ ਬਾਣ ਨੂੰ ਲਾਠੀ ਗੋਲ ਦੇ ਦਬਾਉਣ ਦੀ ਕੋਸ਼ਿਸ਼ ਕੀਤੀ ਅੱਜ ਸਾਰਾ ਦੇਸ਼ ਦਾ ਕਿਸਾਨ ਕੱਲ ਹੀ ਪਿਪਲੀ ਅਸੀਂ ਕਟੋਕੜ 2 3 ਲੱਖ ਬੰਦਾ ਉੱਥੇ ਇਕੱਠੇ ਹੋ ਕੇ ਅਸੀਂ ਉੱਥੋਂ ਦੇ ਪ੍ਰਸ਼ਾਸਨ ਨੂੰ ਉੱਥੋਂ ਦੇ ਮੁੱਖ ਮੰਤਰੀ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਖਬਰਦਾਰ ਕੀਤਾ ਬੱਤ ਸੋਚੋ ਵੀ ਅਸੀਂ ਇਥੇ ਆਂ ਸੋ ਅੱਜ ਭਾਵੇਂ ਡੱਲੇਵਾਲ ਸਾਹਿਬ ਗੈਰ ਰਾਜਨੀਤਿਕ ਆਪਣੇ ਸ joint ਕਿਸਾਨ ਮੋਰਚਾ ਚਲਾ ਰਿਹਾ ਅਸੀਂ ਸ joint ਕਿਸਾਨ ਮੋਰਚੇ ਦੇ ਹਿੱਸਾ ਪਰ ਅੱਜ ਜਦੋਂ ਡੱਲੇਵਾਲ ਨਾਲ ਨਹੀਂ ਇਹ ਪੂਰੇ ਪੰਜਾਬ ਦੇ ਕਿਸਾਨਾਂ ਨਾਲ ਹੋਇਆ ਹੈ ਔਰ ਪੰਜਾਬ ਦੇ ਕਿਸਾਨਾਂ ਨਾਲ ਵੀ ਨਹੀਂ ਅਸੀਂ ਧਾਇਆ ਕਰ ਲਿਆ ਦੇਸ਼ ਦੇ ਵਿੱਚ ਕਿੱਥੇ ਵੀ ਕੋਈ ਮੁੱਖ ਮੰਤਰੀ ਹੰਕਾਰੀ ਕਿਸਾਨ ਦੇ ਪਾਗੜੂ ਹੱਥ ਪਾਏਗਾ ਅਸੀਂ ਨਹੀਂ ਪੜ ਦੇਣਾ ਅਸੀਂ ਸਾਰੇ ਇਕੱਠੇ ਆਂ ਔਰ ਇਹ ਮੈਂ ਫਿਰ ਖੀਰ ਵਿੱਚ ਮੁੱਖ ਮੰਤਰੀ ਦੇ ਇਹ ਗੇਮ ਇਹਦੇ ਪਾਲੇ ਵਿੱਚ ਤੇ ਸ਼ਦਤ ਵਾਲੇ ਪਾਸੇ ਨਾ ਜਾਏ ਸਖਤੀ ਵਾਲੇ ਪਾਸੇ ਨਾ ਜਾਏ ਇਹ ਸਖਤੀ ਨਾਲ ਕੌਮ ਨਹੀਂ ਦਬਣ ਵਾਲੀ ਇਹ ਹੱਕ ਖੋ ਲੈਣ ਜਾਣਦੀ ਏ ਔਰ ਪੰਜਾਬ ਦਾ ਮਾਹੌਲ ਖਰਾਬ ਹੋਇਆ ਤੇ ਇਹਦਾ ਸਾਨੂੰ ਤਾਂ ਨੁਕਸਾਨ ਹੋਵੇਗਾ ਅਸੀਂ ਖੇਤਾਂ 'ਚ ਕੰਮ ਕਰਨਾ ਉਹ ਪੈੜੀ ਸੀ ਜੰਦੀਰੀ ਲਾਣੀ ਏ ਜੇ ਤੁਸੀਂ ਛੜਕਾਂ ਤੇ ਸਾਨੂੰ ਰੋਲੋਗੇ ਤੇ ਅੰਤ ਨੂੰ ਤਾਂ ਅਸ਼ਰ ਤੁਹਾਡੇ ਤੇ ਇਹਨਾਂ ਦਾ ਇਹ ਮੁਕਾਬਲਾ ਲੱਗਦਾ ਰਿਆਣੇ ਦਾ ਬੁਖਵਾਨ ਕਹਿੰਦਾ ਮੈਂ ਖੇਤਾਂ ਨਾਲ ਵੱਧ ਕੁੱਟਣਾ ਏ ਕਹਿੰਦਾ ਮੈਂ ਵੱਧ ਕੁੱਟਣਾ ਇਹ ਮੁਕਾਬਲੇ ਪਾਸੇ ਜਾ ਰਿਹਾ ਸੋ ਇਹ ਅਸੀਂ ਤਾਂ ਆਪਦੇ ਮੁਖਮੰਤ ਨੂੰ ਮੈਂ ਇਥੋਂ ਦਾ ਨਾਗਰਿਕ ਹੋਣ ਕਰਕੇ ਬੇਨਤੀ ਕਰਨਾ ਤੁਸੀਂ ਇਹ ਇਰਸ਼ਾਵਾਂ ਛੇ ਲੜੀ ਬੰਦ ਕਰੋ ਇਹ ਸਤਿ ਭਾਵਨਾ ਕਾਇਮ ਕਰੋ ਧੱਲੇਬਾਰ ਸਮੇਤ ਸਾਰੇ ਬੰਦਿਆਂ ਨੂੰ ਰਿਹਾ ਕਰੋ ਬਿਨਾਂ ਸ਼ਰਤ ਰਿਆ ਕਰੋ ਔਰ ਕਿਸਾਨਾਂ ਦੀ ਜਿਹੜੀਆਂ ਪਾਸ ਦੀਆਂ ਮੰਗਾਂ ਨੇ ਟੇਬਲ ਤੇ ਬੈ ਕੇ ਉਹਨਾਂ ਦਾ ਹੱਲ ਕਰੋ। ਇਹ ਸਜੁਗਤ ਕਿਸਾਨ ਮੋਰਚੇ ਨੇ ਮੈਂ ਬਜ਼ੁਰਗ ਮੈਂਬਰ ਆ ਅਸੀਂ ਸਾਰਾ ਤਾਲਮੇਲ ਵਿੱਚ ਅਸੀਂ ਜ਼ਬਰਦਸਤੀ ਨਿੰਦਿਆ ਕਰਦੇ ਆ ਸਜੁਗਤ ਕਿਸਾਨ ਮੋਰਚੇ ਵੱਲੋਂ ਔਰ ਜਿਹੜਾ ਅਗਲਾ ਕਦਮ ਹੈ ਅਸੀਂ ਫੌਰੀ ਤੌਰ ਤੇ ਅਮਰਜਲ ਸਥਿਤੀ ਮੀਟਿੰਗ ਕਰ ਰਹੇ ਆ ਹੋ ਸਕਦਾ ਅਸੀਂ ਕੱਲ ਵੀ ਸੱਤ ਸੱਖ ਨੇ ਉਹ ਛਾਪ ਤੇ ਕਰਾਸੀ ਉਹਦਾ ਲਾਂਦ ਕਰਦੇ ਆ। ਇਹ ਸੰਘਰਸ਼ ਵੱਡਾ ਹੋ ਸਕਦਾ ਕੋਈ। ਵੱਡਾ ਤਾਂ ਹੋਵੇਗਾ ਜਿਵੇਂ ਸਰਕਾਰ ਚੱਲੇਗੀ ਅਸੀਂ ਉਵੇਂ ਚਲਾਵਾ। ਉਹ ਜਿਹੜੀ ਇਹ ਘਟਨਾ ਹੋਈ ਆ ਬਹੁਤ ਨਿੰਦਣਯੋਗ ਹੋਈ ਆ। ਕਿਉਂਕਿ ਕਿਸਾਨਾਂ ਦੀ ਪੱਗ ਨੂੰ ਹੱਥ ਪਾਇਆ ਹੈ ਭਗਵੰਤਮਾਨ ਨੇ ਇਹ ਬਹੁਤ ਹੀ ਘਟੀਆ ਗੱਲ ਹੈ ਜੇ ਕਿਸਾਨਾਂ ਨਾਲ ਇਸੇ ਤਰ੍ਹਾਂ ਹੀ ਚੱਲਿਆ ਤਾਂ ਇਹ ਆਉਣ ਵਾਲੇ ਸਮੇਂ 'ਚ ਇਹਦੇ ਰਿਜ਼ਲਟ ਮਾੜੇ ਨਿਕਲਣਗੇ ਇਹ ਸਰਕਾਰ ਫਿਰ ਬਾਲਾ ਟਾਈਮ ਨਹੀਂ ਚੱਲੇਗੀ ਜੇ ਕਿਸਾਨ ਨੂੰ ਇਹ ਇੱਕਨ ਹੈਰਾਨ ਕਰਨ ਲੱਗ